ਮੈਨੂੰ ਇੰਦਾ ਕਿ ਮੈਂ ਗੋਬਿੰਦੀ ਕੋਲ ਚੱਲਿਆ ਵਾਂ ਤੇ ਮੈਂ ਬਸ ਤੂੰ ਰੋਟੀਆਂ ਲਾ ਮੈਂ ਆ ਕੇ ਖਾਣਾ ਰੋਟੀ ਤੇ ਰੋਟੀਆਂ ਲਾ ਕੇ ਰੱਖ ਆਉਂਦਿਆਂ ਮੈਂ ਇੱਕ ਬੰਦਾ ਘਰੋਂ ਗਿਆ ਵਾ ਸੁਹਕ ਸਾਧਨਾ ਪਰਿਵਾਰਕ ਤੋਂ ਸਵੇਰੇ ਉਹਦੀ ਰੈੱਡ ਬਾਡੀ ਮਿਲਦੀ ਆ ਤੇ ਇਹ ਇੱਕ ਬੜੀ ਇੱਕ ਘਟੀਆ ਗੱਲ ਆ ਇਹ ਗਰੀਬ ਪਰਿਵਾਰ ਆ ਇਹਨਾਂ ਨੂੰ ਬੱਚੇ ਛੋਟੇ ਛੋਟੇ ਆ ਘਰ ਆਣ ਕੇ 6 ਵਜੇ ਪੱਠੇ ਪੁੱਠੇ ਪਵਾ ਕੇ ਫੋਨ ਆਇਆ ਉਹਦਾ ਫਿਰ ਮੁੰਡੇ ਦਾ ਕਿ ਪਾਰਟੀ ਕਰਨੀ ਕੈਮਰੇ ਦੀ ਆ ਜਾ ਪੌਣੇ 8 ਵਜੇ ਗਿਆ ਸਰ 9:55 'ਤੇ ਫੋਨ ਆਇਆ ਸਾਨੂੰ ਉਹਦਾ ਕਿ ਮੈਂ ਆ ਗਿਆ ਜੇ ਬੂਹਾ ਖੁੱਲ੍ਹ ਕੇ ਰੱਖਿਓ ਇਹੋ ਜਿਹੜਾ ਅੱਜ ਮੁੰਡੇ ਦਾ ਕਤਲ ਹੋਇਆ ਵਾ ਅੱਜ ਆ ਕੇ ਜਿਵੇਂ ਸਾਨੂੰ ਪਤਾ ਲੱਗਾ ਸਵੇਰੇ 6 ਵਜੇ ਫਿਰ ਮੈਂ ਜਾ ਕੇ ਵੇਖਿਆ ਉੱਥੇ ਬਹੁਤ ਬੁਰੀ ਹਾਲਤ ਹੋਈ ਸੀ ਉਹਦੀ ਸਰੀਰ ਦੀ ਡੈੱਡ ਬਾਡੀ ਸਾਨੂੰ ਮਿਲੀ ਆ ਤਤ ਨਾਲ ਠੇ ਵਾਲੀ ਸੜਕ 'ਤੇ ਲਿੰਕ ਰੋਡ 'ਤੇ ਡੈੱਡ ਬਾਡੀ ਮਤਲਬ ਮਾਰਿਆ ਗਿਆ ਸਰ ਐਫੀਡੈਂਟ ਨਹੀਂ ਆ ਸਰ ਹਾਂਜੀ ਕੀ ਨਾਮ ਜੀ ਤੁਹਾਡਾ ਰੁਪਿੰਦਰ ਕੌਰ ਕੀ ਕਹਿਣਾ ਚਾਹੁੰਦੇ ਜਿਹੜੇ ਤੁਹਾਡੇ ਹਸਬੈਂਡ ਦਾ ਮਰਡਰ ਹੋਇਆ ਵਾ ਕੀ ਇਨਸਾਫ ਦੀ ਮੰਗ ਕਰਦੇ ਮੈਂ ਬਸ ਇਹੋ ਇਨਸਾਫ ਚਾਹੁੰਦੀ ਹਾਂ ਕਿ ਉਹ ਮੁੰਡੇ 'ਤੇ ਸ਼ੱਕ ਆ ਕਿਉਂਕਿ ਉਹਨੇ ਪਹਿਲਾਂ ਜਦੋਂ ਮੈਨੂੰ ਫੋਨ ਕੀਤਾ ਸੀ ਨਾ ਉਹਨੇ ਕਿਹਾ ਕਿ ਆ ਬੂਹਾ ਲਾ ਜਦੋਂ ਬਾਅਦ ਵਿੱਚ ਮੈਂ ਮੁੰਡੇ ਨੂੰ ਫੋਨ ਕੀਤਾ ਉਹਨੇ ਕਿਹਾ ਕਿ 1.5 ਘੰਟੇ ਤੱਕ ਆ ਗਿਆ ਮੈਨੂੰ ਛੱਡ ਗਿਆ ਵਾ ਅਤੇ 1.5 ਘੰਟੇ ਤੱਕ ਇੱਥੋਂ ਮੇਰੇ ਕੋਲ ਚਲੇ ਗਿਆ ਵਾ ਪਰ ਉਹ ਘਰ ਨਹੀਂ ਆਇਆ ਬਾਅਦ 'ਚ ਉਹਨੇ ਫੋਨ ਬਿਜੀ ਟੂਨ 'ਚ ਪਾ ਛੱਡਿਆ ਮੇਰਾ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਕੋਈ ਗੱਲ ਕੀਤੀ ਸੀ ਉਹਨਾਂ ਨੇ ਮੈਨੂੰ ਇੰਦਾ ਕਿ ਮੈਂ ਗੋਬਿੰਦੀ ਕੋਲ ਚੱਲਿਆ ਵਾਂ ਅਤੇ ਮੈਂ ਬਸ ਤੂੰ ਰੋਟੀਆਂ ਲਾ ਮੈਂ ਆ ਕੇ ਖਾਣਾ ਰੋਟੀ ਅਤੇ ਰੋਟੀਆਂ ਲਾ ਕੇ ਰੱਖ ਆਉਂਦਿਆਂ ਮੈਂ ਉਸ ਗੋਬਿੰਦੇ ਨਾਲ ਕੋਈ ਪਹਿਲਾਂ ਕੋਈ ਝਗੜਾ ਹੋਇਆ ਵੀ ਤੁਸੀਂ ਘਰ ਨਾਲ ਜ਼ਿਕਰ ਕੀਤਾ ਹੋਵੇ ਨਹੀਂ ਇਕੱਠੇ ਕੰਮ ਕਰਦੇ ਫੋਟੋਗ੍ਰਾਫੀ ਨਹੀਂ ਜਦੋਂ ਕੋਈ ਪ੍ਰੋਗਰਾਮ ਹੁੰਦਾ ਵੈਸੇ ਉੱਦਾਂ ਹੀ ਖੜਦੇ ਉੱਦਾਂ ਨਹੀਂ ਖੜਦੇ ਹੁੰਦੇ ਉਹਨੂੰ ਇਕੱਲਿਆਂ ਦੀ ਹੁਣ ਉਹਨਾਂ ਨੇ ਭਾਲੀਵਾਲ ਬਣਾਇਆ ਸੀ ਦੁਕਾਨ ਦੇ ਵਿੱਚ ਕਿ ਆਪ ਕਿਤੇ ਲੱਗੇ ਸੀ ਦੁਕਾਨ ਕਿਹੜੀ ਜਗ੍ਹਾ ਟੰਡੀ ਘਰ ਆਉਂਦੇ ਹੋਣੇ ਹੈਗਾ ਸੀ ਮੁੰਡੇ ਦਾ ਜਿਹੜੇ ਹਾਂ ਘਰ ਕਈ ਵਾਰ ਆਇਆ ਹੋਰ ਵੀ ਤੁਹਾਨੂੰ ਕਿਸੇ ਸ਼ੱਕ ਹੈਗਾ ਕਿ ਜਾਂ ਉੱਤੇ ਹੀ ਨਹੀਂ ਉੱਤੇ ਹੀ ਆ ਕਿਉਂਕਿ ਕੀ ਮੰਗ ਕਰਦੇ ਪ੍ਰਸ਼ਾਸਨ ਇਨਸਾਫ ਦੀ ਮੰਗ ਕਰਦੇ ਆ ਕੁੱਤੇ ਕੁੱਤੀ ਜਾਵੇ ਹਾਂਜੀ ਭਾਈ ਕੀ ਨਾਮ ਜੀ ਤੁਹਾਡਾ ਗੁਲਜਿੰਦਰ ਸਿੰਘ ਜਿਹਨਾਂ ਦੀ ਡੈਥ ਹੋਈ ਕੀ ਲੱਗਦਾ ਬ੍ਰਦਰ ਕੀ ਨਾਮ ਉਹਨਾਂ ਦਾ ਮਨਜਿੰਦਰ ਸਿੰਘ ਕੀ ਗੱਲ ਹੈ ਜੀ ਮੇਰਾ ਮਰਡਰ ਹੋਇਆ ਸਰ ਖੇਹ ਨੂੰ ਨਾ ਕੈਮਰਾ ਲੈ ਕੇ ਦਿੱਤਾ ਕਿਸੇ ਨੂੰ ਮਤਲਬ 3 ਵਜੇ ਉਹਨੂੰ ਕੈਮਰਾ ਲੈ ਕੇ ਦੇ ਗਿਆ ਆ ਘਰ ਆ ਗਿਆ ਘਰ ਆਣ ਕੇ 6 ਵਜੇ ਪੱਠੇ ਪੁੱਠੇ ਪਵਾ ਕੇ ਫੋਨ ਆਇਆ ਉਹਦਾ ਫਿਰ ਮੁੰਡੇ ਦਾ ਕਿ ਪਾਰਟੀ ਕਰਨੀ ਕੈਮਰੇ ਦੀ ਆ ਜਾ ਪੌਣੇ 8 ਵਜੇ ਗਿਆ ਸਰ 9:55 'ਤੇ ਫੋਨ ਆਇਆ ਸਾਨੂੰ ਉਹਦਾ ਕਿ ਮੈਂ ਆ ਗਿਆ ਜੇ ਬੂਹਾ ਖੁੱਲ੍ਹ ਕੇ ਰੱਖਿਓ ਸਰ ਬਾਅਦ 'ਚ ਨਹੀਂ ਆਇਆ ਅਸੀਂ 12 ਵਜੇ ਜਾ ਕੇ ਵੇਖ ਕੇ ਆਏ ਸਾਰੀ ਜਗ੍ਹਾ 2 ਵਜੇ ਤੱਕ ਵੇਂਦੇ ਰਹੇ ਸਾਨੂੰ ਕਿਤੇ ਨਹੀਂ ਲੱਭਾ ਸਾਨੂੰ ਬਾਅਦ 'ਚੋਂ ਮੁੰਡਾ ਰਾਜ ਵੀ ਮਿਲਿਆ ਇੱਧਰੋਂ ਜਾਂਦਾ ਤਤਲੀ ਮਿਲਿਆ ਸਾਨੂੰ ਰਾਜ ਜਾਂਦਾ ਸਾਨੂੰ ਕਹਿੰਦਾ ਮੈਂ ਵੀ ਲੱਭਣ ਡਿਆ ਜੇ ਪਰ ਸਰ ਸਾਨੂੰ ਪੂਰਾ ਸ਼ੱਕ ਉਹ 'ਤੇ ਜੋ ਕੀਤਾ ਉਹਨੇ ਕੀਤਾ ਕਿੰਨਾ ਨੂੰ ਕੈਮਰਾ ਲੱਗ ਦਿੱਤਾ ਜੀ ਕਾਹਦਾ ਕੰਮ ਕਰਦਾ ਸਰ ਮਤਲਬ ਉਹ ਵੀ ਫੋਟੋਗ੍ਰਾਫਰ ਦਾ ਕੰਮ ਕਰਦਾ ਸੀ ਭਾਈ ਵਾਲੀ ਦੀ ਦੁਕਾਨ ਦਿੱਤੀ ਸੀ ਉਹਨੂੰ ਇਹ ਨਾਲ ਕਿ ਭਾਈ ਵਾਲੀ ਦੇ ਤੂੰ ਮਤਲਬ ਕਰੀ ਜਾ ਅੱਧਾ ਪੈਸੇ ਤੇਰੇ ਅੱਧੇ ਸਾਡੇ ਉੱਤੋਂ ਕੈਮਰਾ ਨਿੱਕਾ ਸੀ ਉਹਦਾ ਸੀ ਨਿੱਕਾ ਕੈਮਰਾ ਵੇਚ ਕੇ ਮੈਨੂੰ ਵੱਡਾ ਕੈਮਰਾ ਲੈ ਕੇ ਦਿਓ ਉਹਨੂੰ ਵੱਡਾ ਕੈਮਰਾ ਲੈ ਕੇ ਦਿੱਤਾ 1.5 ਲੱਖ ਵਾਲਾ ਇੰਸਟਾਲਮੈਂਟ ਕਰਾ ਕੇ ਦਿੱਤਾ ਕਿਸ਼ਤਾਂ 'ਤੇ ਆਪਣੇ ਖਾਤੇ 'ਤੇ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਮਤਲਬ ਲੈ ਕੇ ਦਿੱਤਾ 3 ਵਜੇ ਅਤੇ ਉੱਥੇ ਮਤਲਬ 3 ਵਜੇ ਆ ਗਿਆ ਘਰ ਬਾਅਦ 'ਚ ਕੈਮਰਾ ਲੈ ਕੇ ਘਰ ਆ ਗਏ 6 ਵਜੇ ਪੱਠੇ ਪੁੱਠੇ ਪਾ ਕੇ ਸਾਰਾ ਕੰਮ ਕਰਕੇ ਫੋਨ ਆਇਆ ਉਹ ਮੁੰਡੇ ਦਾ ਵੀ ਪਾਰਟੀ ਕਰਨੀ ਆ ਜਾ ਕੈਮਰੇ ਦੀ ਕੀ ਨਾਮ ਉਹਨਾਂ ਜਿਹਨਾਂ ਨੇ ਬਣਾਇਆ ਗੋਬਿੰਦਾ ਬਸ ਅਰਗੇ ਭੈਣੀ ਦਾ ਡੈੱਡ ਬੋਡੀ ਕਿੱਥੋਂ ਮਿਲੀ ਡੈੱਡ ਬਾਡੀ ਸਾਨੂੰ ਮਿਲੀ ਆ ਤਤ ਨਾਲ ਠੇ ਵਾਲੀ ਸੜਕ 'ਤੇ ਲਿੰਕ ਰੋਡ 'ਤੇ ਕਿਸ ਤਰ੍ਹਾਂ ਕਿਸ ਹਾਲਾਤ ਦੇ ਵਿੱਚ ਡੈੱਡ ਬੋਡੀ ਮਿਲੀ ਡੈੱਡ ਬੋਡੀ ਮਤਲਬ ਮਾਰਿਆ ਗਿਆ ਸਰ ਐਫੀਡੈਂਟ ਨਹੀਂ ਆ ਸੱਟਾਂ ਸੁੱਟਾਂ ਨਿਸ਼ਾਨ ਹੈਗੇ ਸੀ ਹਾਂਜੀ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪਰਚਾ ਕੀਤਾ ਸਰ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਸਾਨੂੰ ਸਰ ਰੰਜਿਤ ਸਿੰਘ ਸਾਨੂੰ ਪੂਰਾ ਸ਼ੱਕ ਵੀ ਜੋ ਕੀਤਾ ਉਹਨੇ ਕੀਤਾ ਮਤਲਬ ਸਰ ਉਹ ਬੇਈਮਾਨ ਹੋ ਗਿਆ ਪੈਸਿਆਂ 'ਤੇ ਹਾਂਜੀ ਹੁਣ ਕੀ ਮੰਗ ਕਰਦੇ ਮੰਗ ਇਹੋ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿੰਨੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉੱਥੇ ਦੇ ਵਿੱਚ ਕਿੰਨੇ ਜੀ ਨੇ ਕਿੰਨੇ ਬੱਚੇ ਸੀ ਕਦੋਂ ਮੈਰਿਜ ਹੋਈ ਸੀ ਉਹਨਾਂ ਦੀ ਸਰ ਉਹਨਾਂ ਦੀ ਮੈਰਿਜ ਹੋਈ 2015 'ਚ 2 ਬੱਚੇ ਉਹਨਾਂ ਦੇ 1 ਗੁੱਡੀ 1 ਮੁੰਡਾ ਹਾਂਜੀ
ਗੁਟਕਾ ਕਰ 2.5 ਸਾਲ ਦਾ। ਹਾਂਜੀ ਕੀ ਨਾਮ ਜੀ ਤੁਹਾਡਾ? ਹਾਂਜੀ ਮੇਰਾ ਸਾਬਕਾ ਸਰਪੰਚ ਪ੍ਰੇਮ ਸਿੰਘ। ਕੀ ਕਹਿਣਾ ਚਾਹੁੰਦੇ ਜਿਹੜਾ ਬੱਚੇ ਦਾ ਮੁੰਡਾ ਹੋਇਆ? ਇਹੋ ਜਿਹੜਾ ਅੱਜ ਮੁੰਡੇ ਦਾ ਕਤਲ ਹੋਇਆ ਵਾ, ਅੱਜ ਆ ਕੇ ਜਿਵੇਂ ਸਾਨੂੰ ਪਤਾ ਲੱਗਾ ਸਵੇਰੇ 6 ਵਜੇ, ਫਿਰ ਮੈਂ ਜਾ ਕੇ ਵੇਖਿਆ ਉੱਥੇ ਬਹੁਤ ਬੁਰੀ ਹਾਲਤ ਹੋਈ ਸੀ ਉਹਦੀ ਸਰੀਰ ਦੀ, ਅਤੇ ਮੰਗ ਕਰਦੇ ਪਏ ਹਾਂ ਵੀ ਸਰਕਾਰ ਤੋਂ ਵੀ ਪ੍ਰਸ਼ਾਸਨ ਤੋਂ ਵੀ, ਇਹ ਗਰੀਬ ਪਰਿਵਾਰ ਆ, ਇਹਨਾਂ ਨੂੰ ਬੱਚੇ ਛੋਟੇ ਛੋਟੇ ਆ, ਤਰਸ ਦੇ ਤੌਰ 'ਤੇ ਇਹਨਾਂ ਨੂੰ ਇਨਸਾਫ ਦਵਾਇਆ। ਇਲਾਕੇ ਦੇ ਵਿੱਚ ਅੱਜ ਦਹਿਸ਼ਤ, ਅਤੇ ਜਿਹੜਾ ਅੱਜ ਸੋਗਮਈ ਮਾਹੌਲ ਚੱਲਿਆ ਬਹੁਤ ਜ਼ਿਆਦਾ, ਇਲਾਕੇ ਦਹਿਸ਼ਤ ਪਈ ਆ ਵੀ ਇੰਨਾ ਨੌਜਵਾਨ ਵਿਚਾਰਾ ਕਤਲ ਹੋ ਗਿਆ, ਇਹ ਬਹੁਤ ਮਾੜੀ ਗੱਲ ਹੈ। ਇਲਾਕੇ 'ਚ ਕੋਈ ਸੁਣਾਈ ਨਾ ਜਾਵੇ, ਰਾਤ ਇੱਕ ਬੰਦਾ ਘਰੋਂ ਗਿਆ ਵਾ ਸੁਹੋ ਕਿਸਾਨ ਨਾਲ, ਪਰਿਵਾਰਕ 'ਚੋਂ ਸਵੇਰੇ ਉਹਦੀ ਡੈੱਡ ਬਾਡੀ ਮਿਲਦੀ ਆ, ਅਤੇ ਇਹ ਇੱਕ ਬੜੀ ਇੱਕ ਘਟੀਆ ਗੱਲ ਹੈ। ਸਾਰੇ ਪਹਿਲਾਂ ਜਿਹੜਾ ਧਰਨਾ ਲਾਉਣ ਦੀ ਗੱਲ ਹੋਈ ਸੀਗੀ, ਕਿ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ, ਪੁਲਿਸ ਨੇ ਕੋਈ ਇਹੋ ਕਾਰਵਾਈ ਨਹੀਂ ਕੀਤੀ ਪ੍ਰੋਪਰ ਜਿਹੜੀ ਧਰਨਾ ਲਾਉਣ ਦੀ ਗੱਲ ਪਹਿਲਾਂ? ਪਰਿਵਾਰਕ ਮੈਂਬਰਾਂ ਵਿੱਚ ਰਿਸ਼ਤੇਦਾਰ ਆਏ ਸੀ, ਉਹਨਾਂ ਵੇਖਿਆ ਸਵੇਰ ਤੱਕ ਸਾਨੂੰ ਪੂਰਾ ਇਨਸਾਫ ਨਹੀਂ ਜਾਪਦਾ ਮਿਲਿਆ, ਅਤੇ ਜਾ ਕੇ ਰਿਸ਼ਤੇਦਾਰ ਜਿੰਨੇ ਸੀ ਨਾਲੇ ਇਲਾਕੇ ਦੇ ਜਿਹੜੇ ਬੰਦੇ ਸੀ ਕਿਸਾਨ ਉਹਨੇ ਦੇ ਆਗੂ ਵੀ, ਉਹ ਗਏ ਉੱਥੇ ਪ੍ਰਸ਼ਾਸਨ ਕੋਲ ਮੰਗ ਕੀਤੀ। ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਵਾ ਵੀ ਪੂਰੀ ਹੱਕ ਰਸੀ ਕਰਕੇ ਇਨਸਾਫ ਦਵਾਇਆ ਜਾਊਗਾ, ਅਸਲ ਦੋਸ਼ੀ ਜਿਹੜੇ ਆ ਉਹਨਾਂ ਦੀ ਤਹਿ ਤੱਕ ਜਾਇਆ ਜਾਊਗਾ, ਅਤੇ ਸਾਰਾ ਇਹੋ ਗਰੀਬ ਇਨਸਾਫ ਮਿਲਣਾ ਚਾਹੀਦਾ। ਇਲਾਕੇ ਦਹਿਸ਼ਤ ਇੰਨੀ ਪਈ ਆ, ਇਹ ਸਹਿਮ ਦਾ ਮਾਹੌਲ ਹੈ ਜਿਹੜਾ, ਇਹਨੂੰ ਦੂਰ ਹੋਣਾ ਚਾਹੀਦਾ ਵਾ। ਜੀ ਇਸ ਤਰ੍ਹਾਂ ਦੇ ਘਰ ਵੱਲੋਂ ਹੈਗਾ ਜਾਂ ਵੀ ਕੱਲ੍ਹ 50,000 ਦਾ ਕੋਈ ਕੈਮਰਾ ਲੈ ਕੇ ਦਿੱਤਾ, ਅਤੇ ਇਹ ਮੁੰਡੇ ਨੇ ਕੋਲੋਂ ਪੈਸੇ ਦਿੱਤੇ ਆ। ਪੁਲਿਸ ਵੱਲੋਂ ਕੋਈ ਬੰਦੇ ਵੀ ਗ੍ਰਿਫਤਾਰ ਕੀਤੇ ਗਏ? ਪੁਲਿਸ ਵੱਲੋਂ ਕੋਈ 2 ਮੁੰਡੇ ਫੜੇ ਆ ਜਿਹੜੇ ਕੋਈ ਨਾਲ ਹੈਗੇ, ਨਾ ਕੋਈ ਗੋਵਿੰਦਾ ਦੱਸਦੇ ਆ, ਬਾਕੀ ਪੱਕੇ ਨਾਮ ਦਾ ਮੈਨੂੰ ਜ਼ਿਆਦਾ ਨਹੀਂ ਜਾਣਕਾਰੀ। ਅਤੇ ਚੱਜ ਨਾਲ ਜੀ ਸਕਣ, ਜਿਹੜਾ ਆਮ ਨਾਗਰਿਕ ਦਾ ਜੀਣਾ ਮੁਸ਼ਕਲ ਹੋਇਆ ਵਾ। ਇਹ ਨਾ ਮਨਜਿੰਦਰ ਸਿੰਘ ਨੇ ਪਿੰਡ ਤਾਜ ਚੱਕ ਦੇ, ਇਹ ਕੱਲ੍ਹ ਰਾਤ ਨੂੰ 8 ਵਜੇ ਆਪਣੇ ਘਰੋਂ ਗਏ ਨੇ ਆਪਣੇ ਦੋਸਤਾਂ ਨਾਲ, ਅਤੇ ਉਸ ਤੋਂ ਬਾਅਦ ਇਹਨਾਂ ਦਾ 9-10 ਵਜੇ ਤੋਂ ਬਾਅਦ ਇਹਨਾਂ ਦਾ ਫੋਨ ਇਹਨਾਂ ਦੇ ਘਰ 'ਤੇ ਲਾਉਂਦੇ ਰਹੇ, ਅਤੇ ਫੋਨ ਕਿਸੇ ਨੇ ਉਠਾਇਆ ਨਹੀਂ, ਅਤੇ ਸੁਬਹਾ 5 ਵਜੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਆ, ਸਾਨੂੰ 7 ਵਜੇ ਮਿਲੀ ਆ ਇਹਦੇ ਘਰ ਵਾਲਿਆਂ ਨੂੰ ਵੀ ਇਹਦੀ ਲਾਸ਼ ਜਿਹੜੀ ਆ ਲਿੰਕ ਸੜਕ ਹੈ ਬੱਸ ਕੇ ਭੈਣੀ ਜੋ ਧੱਤਲ ਪਿੰਡ ਦੀ, ਉਹ ਸੜਕ ਦੇ ਵਿੱਚ ਖੇਤਾਂ ਦੇ ਨਜ਼ਦੀਕ ਇਹਦੀ ਬੋਡੀ ਪਈ ਸੀ, ਜਿਹੜੀ ਆਪਾਂ ਮੌਕੇ 'ਤੇ ਜਦੋਂ ਪਹੁੰਚੀ ਪੁਲਿਸ ਪਾਰਟੀ, ਮੈਂ ਖੁਦ ਆਪ ਵੀ ਉੱਥੇ ਗਿਆ ਮੌਕੇ 'ਤੇ, ਅਤੇ ਹਜੇ ਤੱਕ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਲਾਸ਼ 'ਤੇ ਉੱਪਰ ਕੋਈ ਸੱਟ ਦਾ ਜਿਵੇਂ ਸਪਸ਼ਟ ਕੋਈ ਨਹੀਂ ਹੈਗੀ ਸੱਟ, ਬਟ ਥੋੜ੍ਹੀ ਚੱਕੀ ਹਾਲਾਤਾਂ 'ਚ ਲੱਗੀ ਆ, ਜਿਸ 'ਤੇ ਚੱਲਦਿਆਂ ਅਸੀਂ ਮੁਕੱਦਮਾ ਦਰਜ ਕੀਤਾ ਆਪਣੇ ਝੰਡੇ ਥਾਣੇ ਦੇ ਵਿੱਚ, FIR ਨੰਬਰ ਇਹਦਾ ਮੁਕੱਦਮਾ ਨੰਬਰ 173 ਨੰਬਰ ਮੁਕੱਦਮਾ ਦਰਜ ਹੋਇਆ, ਜੋ ਲਾਸ਼ 'ਤੇ ਅਸੀਂ ਪੋਸਟਮਾਰਟਮ ਲਈ ਭੇਜਤਾ ਆ, ਜੋ ਵੀ ਉਸ ਕੋਜ਼ ਆਫ ਡੈਥ ਆਏਗਾ ਜਾਂ ਜੋ ਕੋਈ ਵੀ ਸਾਨੂੰ ਚੱਕੀ ਲੱਗੇਗਾ ਉਹਦੀ ਆਪਾਂ ਇਨਵੈਸਟੀਗੇਸ਼ਨ ਕਰਾਂ, ਅਤੇ ਜਿਸਦਾ ਵੀ ਬਾਰੇ ਕੋਈ ਐਵੀਡੈਂਸ ਆਏਗੀ ਉਹਨੂੰ ਆਪਾਂ ਨਾਮਜ਼ਦ ਕਰ ਦਾਂਗੇ। ਇਹ ਕਾਰੋਬਾਰ ਇਹ ਫੋਟੋਗ੍ਰਾਫਰ ਸੀ ਮੁੰਡਾ, ਅਤੇ ਫੋਟੋਗ੍ਰਾਫਰ ਦਾ ਅਜੇ ਕਾਰੋਬਾਰ ਰਿਲੇਟਡ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ, ਨੋਰਮਲ ਫੋਟੋਗ੍ਰਾਫਰ ਦੀ ਦੁਕਾਨ ਸੀ, ਪਰ ਜਿਹੜਾ ਮੌਤ ਦਾ ਕਾਰਨ ਅਜੇ ਜਾਂ ਉਹ ਨਹੀਂ ਅਜੇ ਸਪਸ਼ਟ ਹੋਏਗਾ ਪੋਸਟਮਾਰਟਮ ਤੋਂ ਬਾਅਦ। ਉਹਨਾਂ ਪਰਿਵਾਰ ਦਾ ਕਹਿਣਾ ਸੀ ਜਿਹੜੇ ਨਾਲ ਮੁੰਡੇ ਬੈਠੇ ਸੀ ਪਾਰਟੀ ਕੈਮਰਾ ਲਿਆ ਸੀ ਨਵਾਂ, ਹਾਂਜੀ ਇਹਨੇ 50,000 ਰੁਪਏ ਦਿੱਤਾ ਸੀ ਨਾਲ ਜੀ ਕੈਮਰਾ ਲੈਣਾ, ਮੈਂ ਉਹ ਮੁੰਡਿਆਂ ਨੂੰ ਅਰੈਸਟ ਕੀਤਾ ਜਾਂ ਪੁੱਛ ਗਿੱਛ ਕੀਤੀ? ਨਹੀਂ ਨਹੀਂ ਮੁੰਡਿਆਂ ਨੂੰ ਅਰੈਸਟ ਨਹੀਂ ਕੀਤਾ ਜੀ, ਉਹਨਾਂ ਦੇ ਖਿਲਾਫ਼ ਕੋਈ ਐਵੀਡੈਂਸ ਸਾਡੇ ਕੋਲ ਨਹੀਂ ਹੈਗੀ, ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਪੁੱਛਗਿੱਛ ਕਰਦੇ ਪਏ ਹਾਂ, ਉਹਨਾਂ ਦੀ ਆਪਾਂ ਹੁਣ ਅੱਗੇ ਸਾਇੰਟੀਫਿਕ ਐਵੀਡੈਂਸ ਲਵਾਂਗੇ, CDR ਲਵਾਂਗੇ, ਜੇ ਉਹਨਾਂ ਖਿਲਾਫ਼ ਕੋਈ ਵੀ ਐਵੀਡੈਂਸ ਆਏਗਾ ਫਿਰ ਉਹਨਾਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰਾਂਗੇ। 302 ਧਾਰਾ ਤਹਿਤ ਮਾਮਲਾ ਦਰਜ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।